ਬਿਆਨ ਦਰਜ ਕਰਾਏ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹਨੂੰ ਸਾਡੇ ਮੇਰੀ ਹੀ ਭਰਜਾਈ ਦੀ ਸ਼ਹਿਰ ਦੇ ਉੱਤੇ ਉਹਦਾ ਭਾਣਜਾ ਜਿਹੜਾ ਆ ਉਹ ਲੈ ਗਿਆ। ਅਸੀਂ ਤੁਰੰਤ ਮੌਕੇ 'ਤੇ ਪੁੱਜੇ ਹਾਂ, ਭਰਜਾਈ ਨੂੰ ਹਿਰਾਸ ਵਿੱਚ ਲਿਆ ਅਤੇ ਭਰਜਾਈ ਨੇ ਮੰਨਿਆ ਕਿ ਮੈਂ ਆਪਣੇ ਭਾਣਜੇ ਸੰਨੀ ਕੁਮਾਰ ਨਾਂ ਦਾ ਆ ਜੋ ਜਗਰਾਉਂ ਰਹਿੰਦਾ ਆ, ਮੈਨੂੰ ਉਹਦੇ ਐਡਰੈਸ ਬਾਰੇ ਪਤਾ ਨਹੀਂ ਲੇਕਿਨ ਘਰ ਮੈਂ ਜਾਣਦੀ ਹਾਂ ਵੀ ਉਹਦੇ ਨਾਲ ਭੇਜਿਆ ਆ। ਅਸੀਂ ਤੁਰੰਤ ਐਕਸ਼ਨ ਲੈਂਦੇ ਹਾਂ, ਮੌਕੇ 'ਤੇ ਪੁੱਜੇ ਹਾਂ ਜਿੱਥੋਂ ਲੜਕੀ ਨੂੰ ਉਹ ਲੜਕੇ ਦੇ ਕਬਜ਼ੇ 'ਚ ਬਰਾਮਦ ਕਰ ਲਿਆ। ਕਿਹੜੀ ਜਗ੍ਹਾ ਤੋਂ ਬਰਾਮਦ ਕੀਤਾ? ਜਗਰਾਉਂ ਤੋਂ, ਕੋਈ ਬੱਸ ਸਟੈਂਡ ਵਗੈਰਾ ਤੋਂ ਜਾਂ ਹੋਟਲ ਤੋਂ? ਨਹੀਂ ਨਹੀਂ, ਉਹਨਾਂ ਦੇ ਘਰ ਹੀ ਸੀ। ਓਕੇ, ਮੁੰਡਾ ਆਪਣੇ ਘਰ ਹੀ ਲੈ ਕੇ ਗਿਆ ਸੀ, ਉਹ ਲੜਕੀ ਅਸੀਂ ਬਰਾਮਦ ਕਰ ਲਈ ਆ। ਮਾਨਯੋਗ ਜੱਜ ਸਾਹਿਬ ਦੇ 164 ਦੇ ਬਿਆਨ ਕਰਾ ਦਿੱਤੇ ਆ, ਲੜਕੀ ਨੇ ਆਪਦੇ ਵਾਰਸਾਂ ਨਾਲ ਜਾਣ ਤੋਂ ਇਨਕਾਰ ਕੀਤਾ, ਉਹਨੂੰ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕੱਲ੍ਹ ਅਸੀਂ ਨਾਰੀ ਨਿਕੇਤਨ ਛੱਡ ਆਏ। ਫਿਰ ਫਰਦਰ ਕੀ ਕਾਰਵਾਈ ਹੋ ਰਹੀ? ਫਰਦਰ ਇਹ ਹੋ ਰਹੀ ਜੀ, ਇੱਕ ਸਰਮਾਨ ਲਿਆ ਸੀ ਵੀ ਹੋਰ ਕਿਸੇ ਦਾ ਵਿੱਚ ਹੈ ਕੋਈ ਸਹਿਯੋਗ, ਅੱਜ ਤਫਤੀਸ਼ ਮੁਕੰਮਲ ਕਰਕੇ ਇੱਕ ਦਿਨ ਦੇ ਰਿਮਾਂਡ 'ਤੇ ਸੀ, ਹੁਣ ਮਾਨਯੋਗ ਅਦਾਲਤ 'ਚ ਪੇਸ਼ ਕਰਨ ਚੱਲੇ ਹਾਂ, ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਏਗਾ। ਬਾਕੀ ਸਰ ਧਾਰਾ ਕਿਹੜੀ ਕਿਹੜੀ ਲਗਾਈ ਗਈ ਹੈ? ਅਸੀਂ ਲਗਾਈ ਹੈ ਜੀ 363, 366, 120B, 9, 10, 11, ਬਾਲ ਵਿਵਾਹ ਐਕਟ 2006। ਲੜਕੇ ਵੱਲੋਂ ਜਿਹੜਾ ਲੜਕੀ ਨੂੰ ਲਿਜਾਇਆ ਗਿਆ ਸੀ ਉਹ ਕੀ ਕਹਿ ਕੇ ਲਿਜਾਇਆ ਗਿਆ ਸੀ? ਉਹ ਲੜਕੇ ਦੀ ਮਾਸੀ ਨੇ ਹੀ ਉਹਦੇ ਨਾਲ ਆਪਣੀ ਨਨਾਣ ਦੀ ਗੱਲਬਾਤ ਕਰਾਈ ਸੀ। ਕੋਈ ਵਿਆਹ ਦਾ ਝਾਂਸਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਦੇ ਕੇ ਜੀ? ਬੁਢਰ ਲਾ ਕੇ, ਕੁੜੀ ਨਹੀਂ ਸੀ ਮੰਨਦੀ ਲੇਕਿਨ ਉਹ ਉਹਦੀ ਭਰਜਾਈ ਨੇ ਜ਼ਬਰਦਸਤੀ ਉਹਨੂੰ ਉਹਦੇ ਨਾਲ ਭੇਜਿਆ, ਉਹਦਾ ਪੂਰਾ ਵਿੱਚ ਹੱਥ ਆ। ਬਿਆਨ ਦਰਜ ਕਰਾਏ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹਨੂੰ ਸਾਡੇ ਮੇਰੀ ਹੀ ਭਰਜਾਈ ਦੀ ਸ਼ਹਿਰ ਦੇ ਉੱਤੇ ਉਹਦਾ ਭਾਣਜਾ ਜਿਹੜਾ ਆ ਉਹ ਲੈ ਗਿਆ। ਅਸੀਂ ਤੁਰੰਤ ਮੌਕੇ 'ਤੇ ਪੁੱਜੇ ਹਾਂ, ਭਰਜਾਈ ਨੂੰ ਹਿਰਾਸ ਵਿੱਚ ਲਿਆ ਅਤੇ ਭਰਜਾਈ ਨੇ ਮੰਨਿਆ ਕਿ ਮੈਂ ਆਪਣੇ ਭਾਣਜੇ ਸੰਨੀ ਕੁਮਾਰ ਨਾਂ ਦਾ ਆ ਜੋ ਜਗਰਾਉਂ ਰਹਿੰਦਾ ਆ, ਮੈਨੂੰ ਉਹਦੇ ਐਡਰੈਸ ਬਾਰੇ ਪਤਾ ਨਹੀਂ ਲੇਕਿਨ ਘਰ ਮੈਂ ਜਾਣਦੀ ਹਾਂ ਵੀ ਉਹਦੇ ਨਾਲ ਭੇਜਿਆ ਆ। ਅਸੀਂ ਤੁਰੰਤ ਐਕਸ਼ਨ ਲੈਂਦੇ ਹਾਂ, ਮੌਕੇ 'ਤੇ ਪੁੱਜੇ ਹਾਂ ਜਿੱਥੋਂ ਲੜਕੀ ਨੂੰ ਉਹ ਲੜਕੇ ਦੇ ਕਬਜ਼ੇ 'ਚ ਬਰਾਮਦ ਕਰ ਲਿਆ। ਕਿਹੜੀ ਜਗ੍ਹਾ ਤੋਂ ਬਰਾਮਦ ਕੀਤਾ? ਜਗਰਾਉਂ ਤੋਂ ਜੀ। ਜਗਰਾਉਂ ਤੋਂ, ਕੋਈ ਬੱਸ ਸਟੈਂਡ ਵਗੈਰਾ ਤੋਂ ਜਾਂ ਹੋਟਲ ਤੋਂ? ਨਹੀਂ ਨਹੀਂ, ਉਹਨਾਂ ਦੇ ਘਰ ਹੀ ਸੀ। ਓਕੇ, ਮੁੰਡਾ ਆਪਣੇ ਘਰ ਹੀ ਲੈ ਕੇ ਗਿਆ ਸੀ, ਉਹ ਲੜਕੀ ਅਸੀਂ ਬਰਾਮਦ ਕਰ ਲਈ ਆ। ਮਾਨਯੋਗ ਜੱਜ ਸਾਹਿਬ ਦੇ 164 ਦੇ ਬਿਆਨ ਕਰਾ ਦਿੱਤੇ ਆ, ਲੜਕੀ ਨੇ ਆਪਦੇ ਵਾਰਸਾਂ ਨਾਲ ਜਾਣ ਤੋਂ ਇਨਕਾਰ ਕੀਤਾ, ਉਹਨੂੰ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕੱਲ੍ਹ ਅਸੀਂ ਨਾਰੀ ਨਿਕੇਤਨ ਛੱਡ ਆਏ। ਫਿਰ ਫਰਦਰ ਕੀ ਕਾਰਵਾਈ ਹੋ ਰਹੀ? ਫਰਦਰ ਇਹ ਹੋ ਰਹੀ ਜੀ, ਇੱਕ ਸਰਮਾਨ ਲਿਆ ਸੀ ਵੀ ਹੋਰ ਕਿਸੇ ਦਾ ਵਿੱਚ ਹੈ ਕੋਈ ਸਹਿਯੋਗ, ਅੱਜ ਤਫਤੀਸ਼ ਮੁਕੰਮਲ ਕਰਕੇ ਇੱਕ ਦਿਨ ਦੇ ਰਿਮਾਂਡ 'ਤੇ ਸੀ, ਹੁਣ ਮਾਨਯੋਗ ਅਦਾਲਤ 'ਚ ਪੇਸ਼ ਕਰਨ ਚੱਲੇ ਹਾਂ, ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਏਗਾ। ਬਾਕੀ ਸਰ ਧਾਰਾ ਕਿਹੜੀ ਕਿਹੜੀ ਲਗਾਈ ਗਈ ਹੈ? ਅਸੀਂ ਲਗਾਈ ਹੈ ਜੀ 363, 366, 120B, 9, 10, 11, ਬਾਲ ਵਿਵਾਹ ਐਕਟ 2006। ਲੜਕੇ ਵੱਲੋਂ ਜਿਹੜਾ ਲੜਕੀ ਨੂੰ ਲਿਜਾਇਆ ਗਿਆ ਸੀ ਉਹ ਕੀ ਕਹਿ ਕੇ ਲਿਜਾਇਆ ਗਿਆ ਸੀ? ਉਹ ਲੜਕੇ ਦੀ ਮਾਸੀ ਨੇ ਹੀ ਉਹਦੇ ਨਾਲ ਆਪਣੀ ਨਨਾਣ ਦੀ ਗੱਲਬਾਤ ਕਰਾਈ ਸੀ। ਕੋਈ ਵਿਆਹ ਦਾ ਝਾਂਸਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਦੇ ਕੇ ਜੀ? ਬੁਢਰ ਲਾ ਕੇ, ਕੁੜੀ ਨਹੀਂ ਸੀ ਮੰਨਦੀ ਲੇਕਿਨ ਉਹ ਉਹਦੀ ਭਰਜਾਈ ਨੇ ਜ਼ਬਰਦਸਤੀ ਉਹਨੂੰ ਉਹਦੇ ਨਾਲ ਭੇਜਿਆ, ਉਹਦਾ ਪੂਰਾ ਵਿੱਚ ਹੱਥ ਆ। ਠੀਕ।